ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਦੇ ਪਿੰਡ ਚੰਨਣਵਾਲ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਪੂਰਾ ਪਿੰਡ ਚੰਨਣਵਾਲ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਹੈ। ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਕਿ ਪਿੰਡ ਦੇ ਸਰਪੰਚ ਅਤੇ ਨਾਲ ਤਿੰਨ ਮੈਂਬਰਾਂ ਵੱਲੋਂ ਬੀਜੇਪੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿੰਡ ਦਾ ਸਰਪੰਚ ਅਤੇ ਤਿੰਨ ਮੈਂਬਰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਜਿਸ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਭੜਕ ਉੱਠਦਾ ਹੈ ਅਤੇ ਉਹ ਕਿਸਾਨ ਸਰਪੰਚ ਦੇ ਵਿਰੋਧ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ। ਹਾਲਾਤ ਇੰਨੇ ਗੰਭੀਰ ਬਣ ਗਏ ਨੇ ਕਿ ਪੂਰਾ ਪਿੰਡ ਪੁਲਿਸ ਛਾਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੋ ਦੇਰ ਨਾ ਕਰਦੇ ਹੋਏ ਲੈ ਚੱਲਦੇ ਹਾਂ ਤੁਹਾਨੂੰ ਪੂਰੇ ਘਟਨਾ ਦੀਆਂ ਤਸਵੀਰਾਂ ਵੱਲ। ਇਹ ਹੋ ਗਿਆ ਸਾਡੇ ਕੋਲ ਨਿਕਲ ਗਿਆ।
ਜਿੰਦਾ ਲਾਇਆ ਜਾਊਗਾ। ਸਰਪੰਚ ਦੇ 3 ਮੈਂਬਰ ਆ ਜਿਹੜੇ ਉਹ ਜਿੰਦਾ ਖੋਲ ਨਹੀਂ ਸਕਦੇ। ਭਾਰਤੀ ਕਿਸਾਨ ਯੂਨੀਅਨ ਉਹਨੂੰ ਚਾਬੀਆਂ ਦੇਊ, ਜਿਹੜੇ 6 ਮੈਂਬਰ ਨਾਲ ਨੇ ਕਿਸਾਨਾਂ ਦੇ ਨਾਲ ਨੇ, ਉਹ 6 ਮੈਂਬਰਾਂ ਨੂੰ ਸਿਰਫ ਚਾਬੀਆਂ ਦਿੱਤੀਆਂ ਜਾਣਗੀਆਂ। ਭਾਰਤੀ ਕਿਸਾਨ ਯੂਨੀਅਨ ਜਿੰਦਾ ਲਾਊਗੀ ਪੰਚਾਇਤ ਘਰ ਨੂੰ, ਪਿੰਡ ਚਰਨਵਾਲ ਦਾ ਪੰਚਾਇਤ ਘਰ ਆ। ਗੱਡੀ ਖੜੀ ਸਰਪੰਚ ਜੀ, ਗੱਡੀ ਬਾਹਰ ਕੱਢੋ ਸਰਪੰਚ ਜੀ, ਗੱਡੀ ਖੜੀ ਬਾਹਰ ਜਾ ਕੇ ਜਿੰਦਾ ਲਾਓ। ਜਿੰਦਾ ਲਾਓ ਗੇਟ ਨੂੰ ਬਾਹਰ ਕੱਢ ਕੇ, ਚਾਬੀ ਜਿਹੜੇ ਨਾਲ ਨੇ ਬਾਕੀ ਜਿੰਦਾ ਰਹੋ, ਜਿੰਦਾ ਰਹੋ, ਗੱਡੀ ਬਾਹਰ ਕਰੋ ਸਰਪੰਚ ਜੀ, ਜਿੰਦਾ ਰਹੋ। ਕਿਹਦੀ ਗੱਡੀ ਹੈ ਸਰਪੰਚ ਦੀ ਹੈ ਨਾ ਕੀ ਸੋ ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਹੱਦ ਤੱਕ ਪੁਲਿਸ ਲੱਗ ਚੁੱਕੀ ਹੈ ਤੇ ਕਿਸ ਹੱਦ ਤੱਕ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ 3 ਮੈਂਬਰਾਂ ਤੇ ਸਰਪੰਚ ਦਾ ਜੋ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ। ਤੁਹਾਡੇ ਕੀ ਵਿਚਾਰ ਨੇ ਉਹਨਾਂ ਵੱਲੋਂ ਚੁੱਕੇ ਗਏ ਇਸ ਕਦਮ ਬਾਰੇ? ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆਂ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਦੇ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ TV।